ਸੋ ਜੇ ਖੇਤੀ ਕਾਨੂੰਨਾਂ ਨੂੰ ਵੀ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ ਤਾਂ ਇੱਥੇ ਵੀ ਸਵਾਲ ਉੱਠਦੇ ਨੇ ਬੜੇ ਅਹਿਮ ਸਵਾਲ ਉੱਠਦੇ ਨੇ ਕਿ ਕੀ ਪੰਜਾਬ ਸਰਕਾਰ ਆਪਣੇ ਤੌਰ ਤੇ ਕੇਂਦਰ ਸਰਕਾਰ ਦੇ ਬਣਾਏ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਕੀ ਪੰਜਾਬ ਸਰਕਾਰ ਬੀਐਸਐਫ ਦਾ ਦਾਇਰਾ ਵਧਾਉਣ ਦਾ ਕੇਂਦਰੀ ਫੈਸਲਾ ਜਾਂ ਫਿਰ ਖੇਤੀ ਕਾਨੂੰਨ ਲਾਗੂ ਕਰਨ ਦਾ ਕੇਂਦਰੀ ਫੈਸਲਾ ਰੱਦ ਕਰ ਸਕਦੀ ਹੈ ਕਿ ਇਸ ਦਾ ਕਾਨੂੰਨੀ ਰਾਹ ਹੈ ਜਾਂ ਨਹੀਂ ਇਸ ਦਾ ਜਵਾਬ ਹੈ ਕਿ ਹਾਂ ਅਜਿਹਾ ਹੋ ਸਕਦਾ ਹੈ ਇਹ ਸੰਭਵ ਹੈ ਤਾਨੂੰ ਯਾਦ ਹੋਣਾ ਕਿ ਜਦੋਂ ਕਿਸਾਨਾਂ ਦੇ ਦਿੱਲੀ ਮੋਰਚੇ ਸ਼ੁਰੂ ਹੋਏ ਸੀ ਨਵੰਬਰ 2020 ਦੇ ਵਿੱਚ ਜਦੋਂ ਦਿੱਲੀ ਨੂੰ ਕੂਚ ਕੀਤਾ ਸੀ ਪੰਜਾਬ ਤੇ ਹਰਿਆਣਾ ਤੋਂ ਕਿਸਾਨਾਂ ਨੇ ਤਾਂ 2020 ਦਸੰਬਰ ਦੇ ਵਿੱਚ ਹੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਜਿੱਥੇ-ਜਿੱਥੇ ਭਾਰਤ ਦੇ ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਤਾਂ ਉਹਨਾਂ ਨੂੰ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 254(2) ਦੇ ਅਧੀਨ ਸਥਾਨਕ ਕਾਨੂੰਨ ਬਣਾਉਣ ਬਣਾਏ ਜਾਣ ਜਿਦੇ ਨਾਲ ਖੇਤੀਬਾੜੀ ਕਾਨੂੰਨਾਂ ਨੂੰ ਬੇਅਸਰ ਕੀਤਾ ਜਾ ਸਕੇ ਯਾਨੀ ਕਿ ਸੂਬਿਆਂ ਦੀਆਂ ਸਰਕਾਰਾਂ ਆਪਣੇ ਪੱਧਰ ਤੇ ਕਾਨੂੰਨ ਬਣਾਉਣ ਤੇ ਭਾਰਤੀ ਸੰਵਿਧਾਨ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਕਿਹੜੇ ਵਿਸ਼ਿਆਂ ਤੇ ਸੰਘ ਅਤੇ ਸੂਬਿਆਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਅਤੇ ਇਹਦੇ ਲਈ ਸੰਵਿਧਾਨ ਦੇ ਵਿੱਚ ਤਿੰਨ ਸੂਚੀਆਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸੰਘ ਦੀ ਸੂਚੀ ਯਾਨੀ ਕਿ ਉਹ ਵਿਸ਼ੇ ਜਿਨ੍ਹਾਂ ਤੇ ਸਿਰਫ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ ਦੂਸਰਾ ਸੂਬਿਆਂ ਦੀ ਸੂਚੀ ਉਹ ਵਿਸ਼ੇ ਜਿਨ੍ਹਾਂ ਤੇ ਸਿਰਫ ਸੂਬਾ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਨੇ ਤੇ ਤੀਸਰੀ ਸੂਚੀ ਹੈ ਸਮਕਾਲੀ ਸੂਚੀ ਜਿਹਦੇ ਵਿੱਚ ਸੂਬਾ ਤੇ ਕੇਂਦਰ ਸਰਕਾਰਾਂ ਮਿਲ ਕੇ ਕਾਨੂੰਨ ਬਣਾ ਸਕਦੀਆਂ ਨੇ ਸੋ ਸੰਵਿਧਾਨ ਦੀ ਜਿਹੜੀ ਧਾਰਾ 254 2 ਹੈਗੀ ਹੈ ਇਹ ਸਮਕਾਲੀ ਸੂਚੀ ਦੇ ਵਿੱਚ ਆਉਂਦੀ ਹੈ ਤੇ ਇਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸੂਬੇ ਦੀ ਵਿਧਾਨ ਸਭਾ ਵੱਲੋਂ ਬਣਾਇਆ ਕਾਨੂੰਨ ਰਾਸ਼ਟਰਪਤੀ ਦੇ ਦਸਤਖਤ ਦੇ ਲਈ ਰਾਖਵਾ ਹੈ ਉਸ ਤੇ ਰਾਸ਼ਟਰਪਤੀ ਆਪਣੀ ਸਹਿਮਤੀ ਦਿੰਦੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਕੇਂਦਰ ਦਾ ਬਣਾਇਆ ਕਾਨੂੰਨ ਹੈ ਜਿਹੜਾ ਉਹ ਬੇਅਸਰ ਹੋ ਜਾਂਦਾ ਹੈ ਤੇ ਸੂਬੇ ਦਾ ਕਾਨੂੰਨ ਹੈ ਜਿਹੜਾ ਉਹ ਲਾਗੂ ਹੋ ਜਾਂਦਾ ਹੈ ਪਰ ਇਹਦੇ ਨਾਲ ਵੱਡੀ ਸ਼ਰਤ ਇਹੀ ਹੈ ਕਿ ਸੂਬਾ ਸਰਕਾਰਾਂ ਨੂੰ ਇਹਨਾਂ ਤਜਵੀਜ਼ਾਂ ਦੇ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੁੰਦੀ ਹੈ ਜੇ ਰਾਸ਼ਟਰਪਤੀ ਸਹਿਮਤੀ ਦੇ ਦਿੰਦੇ ਨੇ ਤਾਂ ਕੇਂਦਰ ਦਾ ਕਾਨੂੰਨ ਸੂਬੇ ਦੇ ਵਿੱਚ ਲਾਗੂ ਨਹੀਂ ਹੋਵੇਗਾ ਤੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਸੈਂਟਰ ਸਰਕਾਰ ਦੇ ਬਣਾਏ ਕਾਨੂੰਨਾਂ ਦੇ ਖਿਲਾਫ ਸੂਬਿਆਂ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀਆਂ ਨੇ ਸੰਵਿਧਾਨ ਦੇ ਮਾਹਿਰ ਨੇ ਫੈਜ਼ਾਨ ਮੁਸਤਾਫਾ ਉਹਨਾਂ ਦਾ ਅੰਗਰੇਜ਼ੀ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੇਖ ਛਪਿਆ ਹੈ ਉਹ ਕਹਿੰਦੇ ਨੇ ਕਿ ਸੂਬਾ ਸਰਕਾਰਾਂ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵਿੱਚ ਜਾ ਸਕਦੀਆਂ ਨੇ ਉਹਨਾਂ ਨੇ ਲਿਖਿਆ ਕਿ ਯੂਨੀਅਨ ਆਫ ਇੰਡੀਆ ਬਨਾਮ ਐਚਐਸ ਢਿੱਲੋਂ 1972 ਦਾ ਕੇਸ ਹੈ ਉਹਦੇ ਵਿੱਚ ਇਹ ਸਾਫ਼ ਸਪਸ਼ਟ ਹੋਇਆ ਕਿ ਸੰਸਦੀ ਕਾਨੂੰਨਾਂ ਦੀ ਸੰਵਿਧਾਨਿਕਤਾ ਨੂੰ ਯਾਨੀ ਕਿ ਕੇਂਦਰ ਦੇ ਬਣਾਏ ਕਾਨੂੰਨਾਂ ਦੀ ਸੰਵਿਧਾਨਿਕਤਾ ਨੂੰ ਸਿਰਫ ਦੋ ਆਧਾਰਾਂ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਪਹਿਲਾ ਇਹ ਹੈ ਕਿ ਕਾਨੂੰਨ ਦਾ ਵਿਸ਼ਾ ਸੂਬੇ ਦੀ ਸੂਚੀ ਦਾ ਹੈ ਦੂਜਾ ਇਹ ਕਿ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ ਦੋਨੇ ਚੀਜ਼ਾਂ ਨੂੰ ਇਹ ਪਾਸ ਕਰਦਾ ਹੋਵੇ ਤੇ ਇੱਕ ਵਾਰੀ ਜਦੋਂ ਸੰਸਦ ਦੇ ਵਿੱਚ ਕਾਨੂੰਨ ਪਾਸ ਹੋ ਜਾਂਦਾ ਹੈ ਸੰਸਦ ਭਾਰਤੀ ਸੰਸਦ ਤਾਂ ਉਦੋਂ ਤੇ ਜਦੋਂ ਉਸ ਕਾਨੂੰਨ ਦੀ ਸੰਵਿਧਾਨਕਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਆਮ ਤੌਰ ਤੇ ਸੁਪਰੀਮ ਕੋਰਟ ਇਸ ਤੇ ਸਟੇ ਨਹੀਂ ਲਾਉਂਦੀ ਯੂਪੀਏ ਅਤੇ ਸੀਏ ਕਾਨੂੰਨ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਅਦਾਲਤ ਨੇ ਇਹਨਾਂ ਦੋਵਾਂ ਕਾਨੂੰਨਾਂ ਦੇ ਉੱਤੇ ਸਟੇ ਦੇ ਹੁਕਮ ਨਹੀਂ ਦਿੱਤੇ ਤੇ ਜਿਹੇ ਹਾਲਾਤਾਂ ਦੇ ਵਿੱਚ ਸਟੇ ਨਹੀਂ ਹੋਵੇਗਾ ਇਹ ਕਿਹਾ ਹੈ ਫੈਜ਼ਾਨ ਮੁਸਤਾਫਾ ਨੇ ਕਹਿੰਦੇ ਇਹ ਇੱਕ ਸੰਵਿਧਾਨਿਕ ਮੁੱਦਾ ਹੈ ਪੰਜ ਜੱਜਾਂ ਦੇ ਬੈਂਚ ਕੋਲੇ ਜਾਵੇਗਾ ਅਜਿਹੇ ਹਾਲਾਤ ਵਿੱਚ ਕੇਸ ਜਦੋਂ ਆਪਣੇ ਆਖਰੀ ਪੜਾਅ ਦੇ ਵਿੱਚ ਆਏਗਾ ਤਾਂ ਉਹਨੂੰ ਕਈ ਸਾਲ ਲੱਗ ਜਾਣਗੇ ਤੇ ਉਦੋਂ ਤੱਕ ਕੇਂਦਰ ਦੇ ਖੇਤੀ ਕਾਨੂੰਨ ਲਾਗੂ ਵੀ ਹੋ ਜਾਣਗੇ ਸੋ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੂਰੀ ਜਿਹੜੀ ਕਾਰਵਾਈ ਹੈ ਉਹ ਬਹੁਤ ਲੰਬੀ ਹੋ ਜਾਏਗੀ ਉਦੋਂ ਤੱਕ ਕਾਨੂੰਨ ਲਾਗੂ ਹੋ ਜਾਣਗੇ